ਸਤਿ ਸ਼੍ਰੀ ਅਕਾਲ ਜੀ, ਮਨਰਾਜ ਸਿੱਧੂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ ਜੀ। ਲਓ ਜੀ, ਸਵੇਰ ਦਾ ਟਾਈਮ ਹੈ, ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈ ਆ। ਕੰਮ ਕਾਜ ਕਈ ਕਰ ਲਿਆ, ਬਸ ਹੁਣ ਆਟਾ ਗੁੰਨਣਾ ਆ ਅਤੇ ਫਿਰ ਬਣਾਉਣੇ ਆ ਫੁਲਕੇ। ਅੱਜ ਦਿਨ ਥੋੜ੍ਹਾ ਜਿਹਾ ਠੰਡਾ ਹੈ ਤਾਂ ਵਧੀਆ ਕੰਮ ਕਾਜ ਹੋ ਰਿਹਾ। ਇਹ ਨਹੀਂ ਵੀ ਗਰਮੀ ਨਹੀਂ ਲੱਗ ਰਹੀ, ਗਰਮੀ ਵੀ ਲੱਗ ਰਹੀ ਹੈ। ਅਤੇ ਪਹਿਲਾਂ ਹੁਣ ਮੈਂ ਲੈ ਕੇ ਆਈ ਸੀ ਛੱਤ ਤੋਂ ਗੰਢੇ, ਉਹ ਪਾਉਣੀ ਆ ਟੋਕਰੀ ਵਿੱਚ। ਅਤੇ ਆਸ਼ਾ ਕਰਦੇ ਹਾਂ ਤੁਸੀਂ ਪੂਰਾ ਵਲੌਗ ਜ਼ਰੂਰ ਦੇਖੋਗੇ। ਦੇਖਣ ਤੋਂ ਬਾਅਦ ਕਰੋਗੇ ਲਾਈਕ ਜੀ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਹੈ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ਤੁਹਾਡੀ ਸਭ ਦੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ। ਲਓ ਜੀ, ਹੁਣ ਪਹਿਲਾਂ ਮੈਂ ਪਾਉਂਦੀ ਹਾਂ ਗੰਢੇ ਟੋਕਰੀ ਵਿੱਚ। ਇਹ ਨਾ ਅਸੀਂ ਬਰੀਕ ਬਰੀਕ ਥੋੜ੍ਹੇ ਅੱਡ ਕੱਢ ਲਈਦੇ, ਜਿਹੜੇ ਛੋਟੇ ਹੁੰਦੇ ਆ। ਕਈ ਵਾਰੀ ਵੀ ਐਂ ਹੁੰਦਾ ਵੀ ਆਪਣੇ ਕੋਲ ਟਾਈਮ ਖੁੱਲ੍ਹਾ ਹੁੰਦਾ ਨਾ, ਸਬਜ਼ੀ ਵਗੈਰਾ ਬਣਾਉਣੀ ਹੁੰਦੀ ਆ, ਅਤੇ ਫਿਰ ਅਸੀਂ ਬਰੀਕ ਕੱਟ ਲਈਦੇ ਆ। ਜਦੋਂ ਕਦੇ ਕਾਹਲੀ ਹੁੰਦੀ ਆ, ਜਦੋਂ ਕੋਈ ਕੋਈ ਗੈਸਟ ਵਗੈਰਾ ਆ ਜਾਂਦੇ ਆ, ਹੈ ਨਾ, ਟਾਈਮ ਥੋੜ੍ਹਾ ਹੁੰਦਾ, ਉਦੋਂ ਫਿਰ ਆ ਜਿਹੜੇ ਵੱਡੇ ਗੰਢੇ ਹੁੰਦੇ ਇਹ ਕੱਟ ਲੈਂਦੇ ਆ। ਇਸ ਕਰਕੇ ਬਰੀਕ ਅਤੇ ਜਿਹੜੇ ਮੋਟੇ ਆ ਮੈਂ ਅੱਡ ਅੱਡ ਪਾ ਲੈਂਦੀ ਹੁੰਦੀ ਟੋਕਰੀ ਦੇ ਵਿੱਚ ਇਸ ਤਰੀਕੇ ਨਾਲ। ਫਿਰ ਜਿੱਦਾਂ ਵੀ ਹਵਾ ਵੀ ਲੱਗਦੀ ਰਹਿੰਦੀ ਇਹਨਾਂ ਨੂੰ। ਹੁਣ ਤਿੰਨੇ ਰੱਖਣਾ ਦੇ ਟੋਕਰੀ ਦੇ ਤਿੰਨੇ ਰੱਖਣਾ ਦੇ ਵਿੱਚ ਮੈਂ ਪਾ ਲੈਂਦੀ ਹਾਂ ਗੰਢੇ। ਲਓ ਜੀ, ਅੱਜ ਸਵੇਰੇ ਸਵੇਰੇ ਮੌਸਮ ਠੰਡਾ ਹੋਇਆ ਪਿਆ, ਇੱਧਰ ਕੱਪੜੇ ਧੋ ਕੇ ਸੁੱਕਣੇ ਪਾ ਤੇ ਆ, ਅਤੇ ਹਵਾ ਵੀ ਕੁਛ ਚੱਲ ਰਹੀ ਆ, ਵਧੀਆ ਮੌਸਮ ਹੋਇਆ ਪਿਆ। ਅਤੇ ਆਪਣੀ ਵੇਲ ਦੇਖੋ ਇਸ ਤਰ੍ਹਾਂ ਵੱਧ ਰਹੀ ਹੈ। ਆਹ ਵੇਲ ਤਾਂ ਪਤਾ ਨਹੀਂ ਕਾਹਦੀ ਹੈ, ਪਰ ਤਾਂ ਉਹਨੂੰ ਚੜ੍ਹਾ ਤੀ, ਦੇਖੋ ਕੀ ਕੀ ਲੱਗਦੇ, ਫੁੱਲ ਲੱਗਦੇ ਆ ਕਿ ਫਲ ਲੱਗਦਾ, ਕੀ ਲੱਗਦਾ ਇਹਨਾਂ ਨੂੰ। ਲਓ ਜੀ, ਹੁਣ ਮੈਂ ਇੱਥੇ ਆਈ ਸੀ ਵਿਹੜੇ ਦੀ ਸਫਾਈ ਕਰਨ ਵਾਸਤੇ। ਇਹ ਪੱਠੇ ਜੇ ਨਾ ਜਿਹੜੇ ਆ ਇਹ ਫਿਰ ਬਹਿ ਜਾਂਦੇ ਕੁੱਤਰਨ ਵਾਲੇ ਨਾ, ਅਤੇ ਸੁੱਕੇ ਜੇ, ਅਤੇ ਇਹ ਫਿਰ ਹਨੇਰੀ ਨਾ ਬੜੇ ਉੱਡਦੇ ਆ। ਪਹਿਲਾਂ ਮੈਂ ਕਿਹਾ ਇਹਨਾਂ ਨੂੰ ਇਕੱਠੇ ਕਰਦਾ, ਇੱਧਰ ਅੱਧੇ ਕੁ ਵੇੜੇ ਦੀ ਤਾਂ ਮੈਂ ਕਰ ਗਈ ਸੀ ਸਵੇਰੇ, ਅਤੇ ਇੱਧਰਲਾ ਸਾਈਡ ਜਿਹੜਾ ਰਹਿ ਗਿਆ, ਕੁਛ ਜਿਹੜੀ ਇੱਧਰੋਂ ਗਾਰਡਨ ਦੇ ਕੋਲ ਹੋਰ ਰਹਿ ਗਈ। ਘਾਹ ਵਗੈਰਾ ਦੇਖੋ ਮੀਂਹ ਦੇ ਪਾਣੀ ਨਾਲ ਕਿੱਦਾਂ ਹੋ ਜਾਂਦਾ। ਬੱਦਲ ਤਾਂ ਬਹੁਤ ਬਣੇ ਹੋਏ ਆ, ਅਤੇ ਮੀਂਹ ਦਾ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ। ਮੈਂ ਮੰਮੀ ਨੂੰ ਕਹਿ ਰਹੀ ਸੀ, ਮੈਂ ਕਹਿੰਦਾ ਹੁਣ ਅੱਜ ਐਂ ਨਹੀਂ ਕਹਿਣਾ ਵੀ ਮੀਂਹ ਆਊਗਾ ਮੀਂਹ ਆਊਗਾ, ਕਿਉਂਕਿ ਆਪਾਂ ਸਾਰਾ ਦਿਨ ਦੇਖੀਏ ਤਾਂ ਵੀ ਮੀਂਹ ਆਊਗਾ ਤਾਂ ਮੀਂਹ ਆਉਂਦਾ ਹੀ ਨਹੀਂ, ਬਸ ਐਂ ਕਹੋ ਵੀ ਅੱਜ ਨਹੀਂ ਮੀਂਹ ਆਉਂਦਾ। ਅਤੇ ਉਦੋਂ ਬੜਾ ਦੁੱਖ ਹੁੰਦਾ ਜਦੋਂ ਸਾਰਾ ਦਿਨ ਬੱਦਲਾਂ ਨਾਲ ਦੇਖੀਏ ਤਾਂ ਮੀਂਹ ਆਊਗਾ, ਠੰਡਾ ਮੌਸਮ ਹੋਊਗਾ। ਅਤੇ ਸ਼ਾਮ ਜੀ ਨੂੰ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਆ, ਕਹਿੰਦੇ ਤਾਂ ਸਾਡੇ ਤਾਂ ਬਹੁਤ ਮੀਂਹ ਪੈ ਗਿਆ, ਬੜਾ ਦੁੱਖ ਹੁੰਦਾ ਵੀ ਲੈ ਅਸ ਤਾਂ ਐਵੇਂ ਬੱਦਲਾਂ ਦੇਖਦੇ ਰਹਿ ਗਏ। ਚਲੋ ਮੀਂਹ ਦੀ ਸਾਰਿਆਂ ਨੂੰ ਜ਼ਰੂਰਤ ਹੁੰਦੀ ਹੈ, ਪਰ ਐਂ ਵੀ ਗਰਮੀ ਬਹੁਤ ਜ਼ਿਆਦਾ ਆ, ਹੈ ਨਾ, ਠੰਡ ਥੋੜ੍ਹਾ ਜਿਹਾ ਵੀ, ਸਾਡੇ ਪਾਣੀ ਵੀ ਘੱਟ ਹੈ, ਅਤੇ ਮੀਂਹ ਆ ਜਾਵੇ, ਥੋੜ੍ਹਾ ਮੌਸਮ ਵੀ ਠੰਡਾ ਹੋ ਜਾਵੇ ਅਤੇ ਸਬਜ਼ੀਆਂ ਨੂੰ ਪਾਣੀ ਵਗੈਰਾ ਵੀ ਪੈ ਜਾਵੇ, ਤਾਂ ਫਿਰ ਬਹੁਤ ਵਧੀਆ ਲੱਗੂਗਾ। ਰੰਬੀ ਨੇ ਦੇਖੀ ਮੰਮੀ? ਨਹੀਂ ਨਹੀਂ, ਰੰਬੀ ਥੋੜ੍ਹਾ ਦਿੱਤੀ ਕਿ ਉਹਨੂੰ ਦੇਤੀ? ਅੱਛਾ, ਚਲੋ ਐਂ ਲਾ ਦਿੰਦੀ, ਇਹਦੇ ਵਿੱਚ ਹੀ ਲਾ ਦਿੰਦੀ ਵੀ ਨੀਲਕੰਠ ਵਾਲਾ। ਖੁਰਚਣੀ ਨਾ ਲਾਉਣੀ, ਖੁਰਚਣੀ ਨਾ ਪੱਟ ਕੇ, ਘਾਹ ਤਾਂ ਆਪੇ ਬਥੇਰਾ ਹੋ ਜਾਂਦਾ, ਤੇ ਇੱਧਰ ਹੋ ਗਿਆ ਵੀ। ਲਓ ਜੀ, ਮੀਂਹ ਆ ਹੀ ਗਿਆ, 12:30 ਵਜੇ ਆਇਆ, ਤਾਂ ਵਧੀਆ ਗਲੀਆਂ 'ਚ ਪਾਣੀ ਵੀ ਖੜ ਗਿਆ ਮੀਂਹ ਦੇ ਨਾਲ, ਤਾਂ ਹੁਣ ਠੰਡੀ ਠੰਡੀ ਹਵਾ ਚੱਲ ਰਹੀ ਹੈ। ਚਲੋ, ਇੱਧਰ ਸਬਜ਼ੀਆਂ ਨੂੰ ਵੀ ਪੈ ਗਿਆ ਪਾਣੀ, ਭਿੰਡੀਆਂ ਨੂੰ ਪੈ ਗਿਆ, ਰਾਜਿੰਦਰ ਨੇ ਇੱਧਰ ਪਾਈਪ ਲਾਈ ਪਰ ਨਾਲੇ ਥੱਲੋਂ ਪਾਣੀ ਪਾਉਣ ਵਾਸਤੇ, ਬਹੁਤ ਸੁੱਕੀਆਂ ਪਈਆਂ ਸੀ। ਹਵਾ ਚੱਲਦੀ ਹੈ, ਚਲ ਠੰਡੀ ਠੰਡੀ, ਉਹ ਲਾਈ ਪਾਈਪ। ਮੀਂਹ ਤਾਂ ਵਾਹਵਾ ਆਇਆ ਨਾ, ਘਰੇ ਤਾਂ ਪਤਾ ਨਹੀਂ ਲੱਗਦਾ।
ਗਲੀ 'ਚ ਵਾਹਵਾ ਪਾਣੀ ਖੜ ਗਿਆ, ਇੱਧਰੋਂ ਪਾਈਪ ਲਾਈ ਪਰ ਨਾਲੇ ਤਾਂ। ਹਾਂਜੀ ਵਧੀਆ। ਫਿਰ ਅੱਗੇ ਆਪਾਂ ਦੇਖਿਆ ਹੀ ਨਹੀਂ, ਇੱਧਰ ਲਾ ਲੈਣਾ ਚਾਹੀਦਾ ਨਾ, ਪਰ ਨਾਲੇ ਦਾ ਪਾਣੀ ਜਿਵੇਂ ਕੰਮ ਤਾਂ ਆ ਜਾਂਦਾ। ਸਾਰੇ ਬੂਟੇ ਨੂੰ ਪੈ ਗਿਆ ਵਧੀਆ। ਆਹ ਜਿਹੜਾ ਨਿੰਬੂ ਦਾ ਪਲਾਂਟ ਇੱਧਰ ਲਾਇਆ ਸੀ ਗਮਲੇ 'ਚ, ਪਤਾ ਨਹੀਂ ਲੱਗਦਾ ਨਾ, ਫਰਸ਼ ਸੋਖ ਲੈਂਦੀ ਪਾਣੀ, ਵਾਹਵਾ ਆ ਵੈਸੇ। ਦੁਪਹਿਰ ਦਾ ਚਾਹ ਪਾਣੀ ਪੀਣ ਤੋਂ ਬਾਅਦ ਹੁਣ ਮੈਂ ਲੱਗ ਗਈ ਕੱਪੜੇ ਪ੍ਰੈਸ ਕਰਨ, ਅਤੇ ਅੱਜ ਸੂਟ ਪੇਂਟਿੰਗ ਦਾ ਟਾਈਮ ਵੀ ਲੱਗਣਾ, ਕਿਉਂਕਿ ਅੱਜ ਫਿਰ ਮੈਂ ਓਨਾ ਟਾਈਮ ਲੱਗ ਜਾਣਾ ਮੈਨੂੰ ਕੱਪੜੇ ਪ੍ਰੈਸ ਕਰਨ 'ਤੇ, ਕਾਫੀ ਇਕੱਠੇ ਹੋ ਗਏ। ਸਫਾਈ ਅਭਿਆਨ ਚੱਲ ਰਿਹਾ, ਅੱਜ ਦਿਨ ਠੰਡਾ ਹੋ ਗਿਆ ਹੈ, ਸਫਾਈ ਕਰ ਰਹੇ। ਕਿਹੜਾ ਲਾਉਂਦੇ? ਖੁੰਘਲਿਆ ਖੁੰਘਲਿਆ ਕਿੰਨਾ ਘਾਹ ਨਿਕਲ ਗਿਆ ਇਹਦੇ ਮੂਹਰੇ, ਕਰਦਾ ਖਾ ਲੂਗੀ, ਦੇਖਦੀ ਆ ਗਿੱਲਾ ਹੈ ਗਿੱਲਾ, ਦੇਖਾ ਸੁੰਘਦੀ ਹੈ ਤਾਂ ਸੁੰਘਦੀ, ਫੁੱਕਾ ਨਾ ਮਾਰ ਖਾ ਲਾ, ਨਖਰੇ ਜਿਹੇ ਕਰਦੀ ਹੈ। ਇਹ ਹੋਇਆ ਨਹੀਂ ਕਲੇਮ 'ਚ ਮਿਲਿਆ, ਉਹ ਸੱਬਲ ਜੀ ਇੱਥੇ ਮਿਲਿਆ ਕਿ ਉੱਥੇ ਰੱਖਿਆ ਹੈ, ਕਿੱਧਰ ਹੈ? ਪਟਨਾ ਪੈ ਗਿਆ ਬੂਟਾ ਹੈ, ਇਹ ਜਗ੍ਹਾ ਤਾਂ ਵਧੀਆ ਪੋਲੀ ਕੀਤੀ ਹੋਈ ਹੈ ਨਾ, ਫੇਰ ਵੀ ਨਹੀਂ ਹੋਇਆ। ਅੱਜ ਨਵਾਂ ਬੂਟਾ ਲੱਗ ਰਿਹਾ ਇੱਧਰ, ਕਿਹੜੇ ਵਾਲਾ ਲਾ ਰਹੇ ਹੋ? ਅੰਜੀਰਾਂ ਵਾਲਾ, ਡੈਡੀ ਦੇ ਕੰਮ ਹੈ, ਕਈ ਦਿਨ ਲੱਭੀ ਗਏ, ਕਾਂ ਚੱਕ ਲਏ ਹੋਣੇ। ਨਵੀਂ ਨਹੀਂ ਹੈ ਤਾਂ ਥੋੜ੍ਹੀ ਪੁਰਾਣੀ ਸੀਗੀ। ਠੰਡੇ ਮੌਸਮ ਦਾ ਇਹ ਫਾਇਦਾ ਹੁੰਦਾ ਨਾ, ਇਸ ਟਾਈਮ ਕੰਮ ਕਰ ਲਓ, ਨਹੀਂ ਤਾਂ ਇਸ ਟਾਈਮ ਇੰਨੀ ਧੁੱਪ ਪੈਂਦੀ, ਇੰਨੀ ਗਰਮੀ ਪੈਂਦੀ, ਕੋਈ ਕੰਮ ਹੁੰਦਾ ਹੀ ਨਹੀਂ। ਪੈਰ ਮਾੜੇ ਪਾਸੇ ਰੱਖੇ, ਚਲੋ ਜੀ, ਹੋਰ ਮੀਂਹ ਆਊਗਾ ਹੁਣ, ਨਵੇਂ ਪੇੜ ਪੌਦੇ ਲਾ ਕੇ ਹੋਰ ਮੀਂਹ ਆਊਗਾ। ਆਹ ਤਾਂ ਵਧੀਆ ਖੜਾ ਹਰਾ ਹਰਾ ਨਾ, ਆਹ ਜਾਮਣ ਵਾਲਾ, ਹੁਣ ਖਾਣ ਲੱਗ ਗਈ ਪਿੱਛੇ, ਕੂਲਾ ਕੂਲਾ ਘਾਹ ਮਿਲ ਗਿਆ ਵਧੀਆ, ਦੂਜੇ ਦਾ ਵੀ ਪੱਟਣ ਵਾਲਾ ਹੋਇਆ ਇਹਦੇ ਵਿੱਚੋਂ ਵੀ, ਕਿੰਨਾ ਹੋ ਗਿਆ ਇਹ 'ਚ ਵੀ, ਬਹੁਤ ਉੱਗਿਆ ਖੈਰ। ਅੰਜੀਰਾਂ ਲਾ ਰਹੇ, ਅੰਜੀਰਾਂ ਵਾਲੀਆਂ, ਇੱਥੋਂ ਪੱਟ ਲਿਆ ਵਾਲਾ, ਇੱਥੋਂ ਖੁੰਘ ਲਿਆ, ਦੋ ਆ ਤੇ ਇੱਕ ਲਾ ਲੈਣਗੇ, ਇਹਨੂੰ ਫਿਰ ਜਗ੍ਹਾ ਵਾਹਵਾ ਚਾਹੀਦੀ ਹੈ ਨਾ, ਉਹ ਤਾਂ ਪਤਾ ਨਹੀਂ ਇੱਕ 'ਚ ਤਾਂ ਲਾਉਣਗੇ ਹੁਣ। ਉਹ ਭਿੰਡੀਆਂ ਸਾਫ਼ ਹੋ ਗਈਆਂ ਵਧੀਆ, ਕਰੇਲਿਆਂ ਦੀ ਵੇਲ,
ਚਿੱਬੜ ਚਿੱਬੜ ਲੱਗੇ ਹੋਏ ਚਿੱਬੜ ਸਹੀ ਗੱਲ ਪਹਿਲੇ ਇੱਕ ਨੂੰ ਤਾਂ ਕਰੀਏ ਸ਼ੁਰੂਆਤ ਦੋਨੇ ਤਾਂ ਉੱਥੇ ਕੀ ਲਾਉਣੇ ਆ ਇੱਕ ਹੋਰ ਚੀਜ਼ ਲਾ ਦੇ ਇਹ ਛੋਟੀ ਛੋਟੀਆਂ ਭਿੰਡੀਆਂ ਲੱਗੀਆਂ ਨਾ ਲੱਗੀਆਂ ਪਈਆਂ ਤੋੜਨ ਵਾਲੀਆਂ ਗੁੱਛੇ ਦੇ ਗੁੱਛੇ ਲੱਗਣੇ ਸ਼ੁਰੂ ਹੋ ਗਏ ਹੁਣ ਇਹ ਦੇਖੋ ਇੰਨੀਆਂ ਜੜ੍ਹਾਂ ਇਹਦੀਆਂ ਨਾ ਕੋਈ ਚੀਜ਼ ਲਿਆਵਾਂ ਕੋਈ ਬੱਠਲ 'ਚ ਪਾ ਕੇ ਲੈ ਜਾਓ ਚਲੋ ਮਿਹਨਤ ਹੁੰਦੀ ਹੈ ਤੇ ਵੀ ਮਿਹਨਤ ਲੱਗਦੀ ਹਰੇ ਕੰਮ 'ਤੇ ਪਹਿਲਾਂ ਕਲਮਾਂ ਲਾਈਆਂ ਤਾਂ ਕਲਮਾਂ ਤੋਂ ਹੋ ਗਿਆ ਹਾਈਬ੍ਰਿਡ ਪਲਾਂਟ ਜਿਹੜਾ ਲਾਇਆ ਸੀ ਉਸ ਤੋਂ ਆਪਣੇ ਲੈ ਕੇ ਗਏ ਸੀ ਕਲਮਾਂ ਅੱਛਾ ਫਿਰ ਤਾਂ ਵਧੀਆ ਆ ਵੇਲ ਇੱਥੇ ਕੰਧ ਨਾਲ ਚੜ ਜੂਗੀ ਲਾਈਆਂ ਹੋਈਆਂ ਉਹ ਥੋੜਾ ਉੱਤੋਂ ਦੀ ਬੜ ਹੁੰਦਾ ਇੰਨਾ ਉੱਚੀ ਆ ਚਲੋ ਜੀ ਆਪਾਂ ਚੱਲਦੇ ਘਰੇ ਹੁਣ ਬਣਾਉਣੇ ਸਬਜ਼ੀ ਅਸੀਂ ਇੱਧਰੋਂ ਭੇਜੀ ਹੈ ਮੀਂਹ ਵਾਲੀ ਹਵਾ ਠੰਡੀ ਠੰਡੀ ਫਰਕ ਪੈ ਜਾਂਦਾ ਏਰੀਏ ਦੇ ਵਿੱਚ ਹੀ ਇੱਧਰ ਬਣ ਰਹੀ ਹੈ ਫਲੀਆਂ ਦੀ ਸਬਜ਼ੀ ਫਲੀਆਂ 'ਤੇ ਬੜੀ ਮਿਹਨਤ ਲੱਗਦੀ ਹੈ ਨਾ ਮੰਮੀ ਨੇ ਪਹਿਲਾਂ ਸਾਫ਼ ਕੀਤੀਆਂ ਫਿਰ ਇਹਨਾਂ ਨੂੰ ਕੱਟਿਆ ਅਤੇ ਹੁਣ ਮੈਂ ਬਣਾ ਰਹੀ ਸੀ ਪਹਿਲਾਂ ਫਲੀਆਂ ਨੂੰ ਭੁੰਨ ਲਈਦਾ ਫਿਰ ਅਸੀਂ ਉਸ ਗੰਢੇ ਪਾ ਕੇ ਫਿਰ ਅਸੀਂ ਮਸਾਲਾ ਵਗੈਰਾ ਪਾਈਦਾ ਸਾਰਾ ਜਿਹੜਾ ਪਾਈਦਾ ਇਸ ਤਰ੍ਹਾਂ ਵਧੀਆ ਟੇਸਟੀ ਸਬਜ਼ੀ ਤਿਆਰ ਹੋ ਜਾਂਦੀ ਹੈ ਅੱਜ ਮੀਂਹ ਆਇਆ ਸੀ ਸਕੂਲੇ ਮੀਂਹ ਆਇਆ ਸੀ ਸਕੂਲੇ ਕਿੰਨਾ ਕੁ ਆਇਆ ਸੀ ਬਹੁਤ ਜ਼ਿਆਦਾ ਆਇਆ ਸੀ ਚਲ ਦਿਖਾਓ ਡਾਇਰੀ ਕੀ ਮਿਲਿਆ ਬਾਅਦ ਘਰ 'ਚ ਅੱਜ ਦੀਦੀ ਆਈ ਨਹੀਂ ਹਜੇ ਤੱਕ ਮੀਂਹ ਪੈ ਗਿਆ ਨਾ ਬਾਹਰ ਹੈਗੀ ਈ ਬੀ ਐੱਸ ਸੀ ਹੈਗੀ ਆ ਨਹੀਂ ਗੀ ਇੰਗਲਿਸ਼ ਦਾ ਵੀ ਹੈ ਲਰਨ ਕਰਨ ਵਾਸਤੇ ਪੂਰਾ ਚੈਪਟਰ ਹੈ ਪੂਰਾ ਕੁਸ਼ਚਨ ਆਨਸਰ ਦਾ ਟਾਈਮ ਹੋ ਗਿਆ ਬਿਲਕੁਲ ਠੰਡਾ ਠੰਡਾ ਮੌਸਮ ਹੋਇਆ ਪਿਆ ਦੇਖੋ ਬੱਦਲ ਕਿੰਨੇ ਸੋਹਣੇ ਲੱਗ ਰਹੇ ਆ ਅੱਜ ਦਾ ਦਿਨ ਤਾਂ ਰਹੂਗਾ ਵਧੀਆ ਕੱਲ੍ਹ ਦਾ ਪਤਾ ਨਹੀਂ ਹੁਮਸ ਹੋਊਗੀ ਕਿ ਕਿਵੇਂ ਰਹੂਗਾ ਜੀ ਚਲੋ ਜੀ ਅੱਜ ਵਾਲਾ ਵਲੋਗ ਦਾ ਆਪਾਂ ਐਂਡ ਕਰ ਰਹੇ ਹਾਂ ਵਲੋਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਜੀ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਅਤੇ ਪੂਰਾ ਵਾਚ ਜ਼ਰੂਰ ਕਰਿਆ ਕਰੋ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਅਤੇ ਹਾਂਜੀ ਮਿਲਾਂਗੇ ਕੱਲ੍ਹ ਨੂੰ ਇੱਕ ਨਵੇਂ ਵਲੋਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ